ਸਤਿ ਸ਼੍ਰੀ ਅਕਾਲ ਜੀ, ਅਜੀਤ ਵੈਬ ਟੀਵੀ ਤੋਂ ਚੰਡੀਗੜ੍ਹ ਲਈ ਵਿਕਰਮਜੀਤ ਸਿੰਘ ਮਾਨ ਆਪਣੇ ਸਹਿਯੋਗੀ ਸੁਰਿੰਦਰ ਸਿੰਘ ਦੇ ਨਾਲ ਅਸੀਂ ਰੂਬਰੂ ਕਰਾਉਣ ਜਾ ਰਹੇ ਹਾਂ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਹੋਰਾਂ ਦੇ ਨਾਲ। ਜਾਖੜ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਵਿਕਰਮ ਜੀ, ਤੁਸੀਂ ਮੌਕਾ ਦਿੱਤਾ ਤੁਹਾਡੇ ਰਾਹੀਂ ਤੁਹਾਡੇ ਸ਼ਰੋਤਾਵਾਂ ਨਾਲ ਗੱਲਬਾਤ ਕਰਨ ਦਾ। ਜਾਖੜ ਸਾਹਿਬ, ਤੁਹਾਨੂੰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦਿਆਂ ਮੌਕਾ ਮਿਲਿਆ ਪ੍ਰਧਾਨਗੀ ਸੰਭਾਲਣ ਦਾ, ਅਜਿਹੇ 'ਚ ਤੁਹਾਨੂੰ ਪੰਜਾਬ ਅਤੇ ਆਪਣੀ ਪਾਰਟੀ ਲਈ ਸਭ ਤੋਂ ਅਹਿਮ ਰੋਲ ਕੀ ਤੁਹਾਨੂੰ ਲੱਗਦਾ? ਦੇਖੋ, ਮੇਰਾ ਜਿਹੜਾ ਰੋਲ ਹੈ, ਦੈਟਸ ਅ ਕਲੀਅਰ ਕੱਟ ਰੋਲ, ਜਿਹੜਾ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦਾ। ਪਹਿਲਾਂ ਹਮੇਸ਼ਾ ਇਹ ਹੁੰਦਾ ਰਿਹਾ ਵੀ ਜਦੋਂ ਵੀ ਸਰਕਾਰਾਂ ਬਣਦੀਆਂ ਰਹੀਆਂ, ਪਾਰਟੀ ਦਾ ਵਰਕਰ, ਪਾਰਟੀ ਦਾ ਸਟਰਕਚਰ ਹੈ, ਉਹ ਇਗਨੋਰ ਕਰ ਦਿੱਤਾ ਗਿਆ ਜਾਂ ਕਿਸੇ ਵਜ੍ਹਾ ਨਾਲ ਉਹਦੇ ਕੰਨੀ ਉਨੀ ਤਵੱਜੋ ਨਹੀਂ ਦਿੱਤੀ ਜਾਂਦੀ ਰਹੀ। ਆਹ ਗੱਲ ਸਾਰੇ ਸਮਝਦੇ ਹੈ ਵੀ ਕੋਈ ਸਰਕਾਰ ਬਣਨਾ ਨਾ ਬਣਨਾ ਪਾਰਟੀ ਦੀ ਮਜ਼ਬੂਤੀ ਅਤੇ ਕਾਰਿਆਕਰਤਾਵਾਂ ਦਾ ਮੋਟੀਵੇਸ਼ਨ, ਕਾਰਿਆਕਰਤਾਵਾਂ ਦੀ ਲਗਨ, ਉਹਨਾਂ ਦੀ ਮਿਹਨਤ ਦਾ ਨਤੀਜਾ, ਉਹਨਾਂ ਦੇ ਸਦਕੇ ਹੋਏ। ਇਸ ਕਰਕੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਮੌਕਾ ਹੈ ਪੰਜਾਬ ਦੇ ਕਾਂਗਰਸ ਦੇ ਵਰਕਰ ਕੋਲ ਵੀ, ਅਤੇ ਅੱਜ ਇਸ ਕੁਰਸੀ 'ਤੇ ਬੈਠ ਕੇ ਮੈਂ ਇਸ ਜ਼ਿੰਮੇਵਾਰੀ ਨੂੰ ਸਮਝਦਾ ਵੀ ਜਿਸ ਵਰਕਰ ਨੇ, ਕਾਂਗਰਸ ਵਰਕਰ ਨੇ 10 ਸਾਲ ਤਾਈਂ ਪੰਜਾਬ ਦੇ ਲੋਕਾਂ ਦੇ ਨਾਲ, ਉਹਨਾਂ ਦੀ ਔਕੜਾਂ ਦੇ ਵਿੱਚ ਕੰਧੇ ਦੇ ਨਾਲ ਕੰਧਾ ਲਾ ਕੇ ਉਹਨਾਂ ਦੀ ਲੜਾਈ ਲੜੀ ਹੈ, ਉਹਨਾਂ ਦੇ ਨਾਲ ਸਾਥ ਦਿੱਤਾ ਹੈ, ਉਹਨਾਂ ਦੀ ਆਵਾਜ਼ ਉਠਾਈ ਹੈ, ਅੱਜ ਉਸ ਵਰਕਰ ਨੂੰ ਆਪਣੇ ਵਾਅਦੇ ਉਹ ਪੂਰੇ ਕਰਨ ਦਾ ਮੌਕਾ ਮਿਲੇ, ਕਿਉਂਕਿ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ, ਲੋਕਾਂ ਨੇ ਉਹਨਾਂ ਵਰਕਰਾਂ ਦੇ ਜ਼ਬਾਨ ਦੇ ਉੱਤੇ ਵਿਸ਼ਵਾਸ ਕਰਕੇ ਵੋਟ ਦਿੱਤਾ ਹੈ। ਅਤੇ ਮੇਰਾ ਪੂਰਾ, ਮੈਂ ਸਮਝਦਾ, ਮੈਂ ਆਪਣੀ ਇਸ ਜ਼ਿੰਮੇਵਾਰੀ ਦਾ ਮੈਨੂੰ ਅਹਿਸਾਸ ਹੈ ਵੀ ਅੱਜ ਕਾਂਗਰਸ ਦਾ ਵਰਕਰ ਹੈ ਉਹ ਪਾਰਟੀ ਦੀ ਇਸ ਕੁਰਸੀ ਕਨੀ ਦੇਖ ਰਿਹਾ ਵੀ ਕਿਸ ਤਰ੍ਹਾਂ ਉਹ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ, ਕਿਸ ਤਰ੍ਹਾਂ ਪਾਰਟੀ ਦੇ ਵਰਕਰ ਦਾ ਹੌਸਲਾ ਹੋਰ ਬੁਲੰਦ ਹੋਵੇ, ਅਤੇ ਉਸ ਨੂੰ ਬੁਲੰਦ ਕਰਨ ਵਾਸਤੇ ਇੱਕੋ ਇੱਕ ਨੁਸਖਾ ਹੈ ਕਿ ਜੋ ਵਾਅਦੇ ਕੀਤੇ ਗਏ ਹੈ ਉਹ ਪੂਰੇ ਹੋਣ, ਤਾਂ ਕਿ ਵਰਕਰ ਅੱਗੇ ਵੀ ਆਪਣੇ ਲੋਕਾਂ ਨਾਲ, ਆਮ ਜਿਹੜਾ ਪੰਜਾਬ ਦੇ ਲੋਕ ਹੈ ਉਹਨਾਂ ਦੀ ਦੁੱਖ ਸੁੱਖ ਦੇ ਵਿੱਚ ਨਾਲ ਉਹਨਾਂ ਦੇ ਨਾਲ ਖੜ ਸਕੇ। ਜਾਖੜ ਸਾਹਿਬ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਹੁਤ ਵੱਡੀ ਜਿਹੜੀ ਵੋਟਿੰਗ ਦੇ ਨਾਲ ਵੱਡੇ ਜਿੱਤ ਦਵਾਈ ਹੈ, ਤੁਸੀਂ ਸੱਤਾ 'ਤੇ ਕਾਬਜ਼ ਹੋ। ਹੁਣ ਤੁਹਾਡਾ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਤੁਹਾਡਾ ਕੀ ਯਤਨ ਰਹੇਗਾ ਇਸ ਵੋਟ ਬੈਂਕ ਨੂੰ ਤੁਸੀਂ ਸੰਭਾਲ ਕੇ ਰੱਖੋਗੇ ਜਾਂ ਇਸਨੂੰ ਅੱਗੇ ਹੋਰ ਵਧਾਉਣ ਦੀ ਵੀ ਕੋਸ਼ਿਸ਼ ਕਰੋਗੇ? ਇੱਕ ਵਿਸ਼ਵਾਸ ਹੈ, ਇਸ ਤੋਂ ਪਹਿਲਾਂ ਜੋ ਕਾਰਨਾਮੇ ਕੀਤੇ ਇਹਨਾਂ ਸਰਕਾਰਾਂ ਨੇ, ਅਕਾਲੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ, ਇੱਕ ਨੈਗੇਟਿਵ ਵੋਟ ਤਾਂ ਸੀਗਾ, ਪਰ ਉਹਦੇ ਨਾਲ ਨਾਲ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਇਸ ਵੋਟ ਦੇ ਵਿੱਚ ਇੱਕ ਆਸ ਵੀ ਝਲਕਦੀ ਹੈ, ਉਹਨਾਂ ਨੂੰ ਆਸ ਹੈ ਇੱਕ ਬਦਲਾਵ ਦੀ, ਬਦਲਾਵ ਨਾ ਸਿਰਫ ਸਰਕਾਰਾਂ ਦੇ ਨਾਂ ਨਾ ਬਦਲ ਜਾਣ ਬਲਕਿ ਕੰਮਕਾਜ ਦਾ ਤਰੀਕਾ ਬਦਲਣ ਦੀ ਇੱਕ ਆਸ ਹੈ, ਜਿਹਨੂੰ ਲੈ ਕੇ ਉਹਨਾਂ ਨੇ ਐਡਾ ਵੱਡਾ ਇੱਕ ਬਹੁਮਤ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਦੇ ਵਿੱਚ ਕਾਂਗਰਸ ਪਾਰਟੀ ਨੂੰ। ਅਤੇ ਸਾਡਾ ਪ੍ਰਯਾਸ ਹੋਊਗਾ ਵੀ ਅਸੀਂ ਲੋਕਾਂ ਨੂੰ ਕੋਈ ਇਕੱਲੇ ਵੋਟ ਬੈਂਕ ਕਰਕੇ ਨਹੀਂ ਦੇਖਦੇ, ਲੋਕਾਂ ਦਾ ਆ ਐਡਾ ਵੱਡਾ ਵਿਸ਼ਵਾਸ ਹੈ ਸਾਡੇ 'ਚ, ਉਹ ਜਿਹੜਾ ਵਿਸ਼ਵਾਸ ਹੈ ਉਹ ਇੱਕ ਅਮਾਨਤ ਹੈ, ਉਹਨੂੰ ਅਸੀਂ ਸੰਭਾਲ ਕੇ ਵੀ ਨਹੀਂ ਰੱਖਣਾ ਪਰ ਉਹਨੂੰ ਹੋਰ ਵੀ ਮਜ਼ਬੂਤ ਕਰਨਾ ਹੈ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਨਾ ਸਿਰਫ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇ ਬਲਕਿ ਨਾਲ ਲੋਕਤੰਤਰ ਦੀ ਇਸ ਵਿਵਸਥਾ ਦੇ ਅੰਦਰ ਵੀ ਆ ਜਿਹੜਾ ਵੋਟ ਹੈ ਆ ਪੰਜਾਬ ਵਾਸਤੇ ਹੈ, ਨਾ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਲਾਲ ਬੱਤੀ ਜਾਂ ਝੰਡੀ ਲਵਾਉਣ ਵਾਸਤੇ। ਜਾਖੜ ਸਾਹਿਬ, ਕਈ ਪੰਜਾਬ ਦੇ ਵਿੱਚ ਕਈ ਮੁੱਖ ਮਸਲੇ ਚੱਲ ਰਹੇ ਆ, ਰੇਤੇ ਦਾ ਮਸਲਾ, ਡਰੱਗਸ ਦਾ ਹੈ, ਗੈਂਗਸਟਰ ਦਾ, ਇਸ ਨੂੰ ਪਾਰਟੀ ਪੱਧਰ ਤੇ ਕਿਸ ਤਰ੍ਹਾਂ ਹੱਲ ਕਰਾਉਂਦੇ? ਮਸਲੇ ਤਾਂ ਜਿੰਨੇ ਤੁਸੀਂ ਨਾਂ ਲਓਗੇ, ਤੁਸੀਂ ਰੇਤਾ ਦਾ ਨਾਂ ਲੈ ਤਾ, ਤੁਸੀਂ ਨਸ਼ਿਆਂ ਦਾ ਨਾਂ ਲੈ ਤਾ, ਕਿਸਾਨਾਂ ਦੀ ਜੋ ਸਮੱਸਿਆ ਮੈਂ ਜਿੱਥੇ ਹੱਥ ਰੱਖੋਗੇ ਉੱਥੇ ਦਰਦ ਹੈ ਪੰਜਾਬ ਦੇ ਵਿੱਚ, ਇੱਕ ਪੀੜ ਦਾ ਇੱਕ ਮੁਜੱਸਮਾ ਬਣਿਆ ਹੋਇਆ ਹੈ ਪੰਜਾਬ ਜਿਹੜਾ ਹੈ, ਸਾਰੇ ਪੀੜ ਹੀ ਪੀੜ ਹੈ।
ਪਾਰਟੀ ਦੇ ਤੌਰ ਤੇ ਸਾਡਾ ਜਿਹੜਾ ਮੈਂ ਸਮਝਦਾ ਵੀ ਰੋਲ ਹੈ, ਲੋਕ ਪੱਖੀ ਜਿਹੜੇ ਫੈਸਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲੈ ਰਹੀ ਹੈ, ਜੋ ਅੱਗੇ ਲੈ ਇਹਨਾਂ ਦੇ ਕਦਮ ਚੱਕਣੇ ਹੈ, ਉਹਨਾਂ ਲੋਕਾਂ ਤਾਈਂ ਨਾ ਸਿਰਫ ਉਹਦਾ ਸੰਦੇਸ਼ ਪਹੁੰਚਾਇਆ ਜਾਵੇ ਬਲਕਿ ਉਹਦਾ ਕੋਂਸਟੈਂਟ ਇੰਟਰੈਕਟਿਵ ਫੀਡਬੈਕ ਵੀ ਪਹੁੰਚੇ ਵੀ ਜਿਸ ਪਰਪਜ਼ ਨਾਲ ਉਹ ਫੈਸਲੇ ਲਿੱਤੇ ਗਏ ਹੈ ਉਹ ਫਾਇਦਾ ਲੋਕਾਂ ਤਾਈਂ ਪਹੁੰਚ ਰਿਹਾ ਨਹੀਂ ਪਹੁੰਚ ਰਿਹਾ। ਬਿਕੋਜ਼ ਤੁਸੀਂ ਦੇਖਿਆ ਹੁਣ ਸਕੀਮਾਂ ਤਾਂ ਸਾਰੀਆਂ ਹੀ ਉਸੇ ਸਕੀਮ ਨਾਲ ਬਣਦੀਆਂ ਵੀ ਅਸੀਂ ਫਾਇਦਾ ਕਰਨਾ, ਪਰ ਫਾਇਦਾ ਪਹੁੰਚਦਾ ਨਹੀਂ। ਦੇਰ ਸੋ ਮੱਚ ਲੀਕੇਜ ਇਜ਼ ਔਨ ਦਾ ਵੇ, ਕਰਪਸ਼ਨ ਇੰਨੀ ਹੈ, ਲੋਕਾਂ ਦੀ ਇੰਟੈਂਸ਼ਨ ਮਾੜੀਆਂ। ਪਿਛਲੇ 10 ਸਾਲਾਂ 'ਚ ਤਾਂ ਇੱਕ ਸੋਚ ਹੀ ਬਣ ਗਈ ਵੀ ਸਰਕਾਰ ਜਿਹੜੀ ਹੈ ਪੈਸਾ ਕਮਾਉਣ ਦਾ ਇੱਕ ਲਾਇਸੈਂਸ ਹੈ ਵੀ ਮੈਂ ਜਿਹੜੇ ਰੰਗ ਦੀ ਪੱਗ ਬੰਨ ਰੱਖੀ ਹੈ ਲਾਇਸੈਂਸ ਟੂ ਲੂਟ, ਵੀ ਲੂਟ ਹੈ ਜਿਨ ਲੂਟਸ ਕੇ ਤੋਂ ਲੂਟ, ਉਹਨੂੰ ਉਹ ਜਿਹੜੀ ਮੈਂਟੈਲਿਟੀ ਹੈ ਉਹਨੂੰ ਖਤਮ ਕਰਨ ਵਾਸਤੇ ਸਰਕਾਰ ਅਤੇ ਕੋਮਨ ਮੈਨ, ਦੇਖੋ ਆਮ ਆਦਮੀ ਜਾ ਕੇ ਹਰੇਕ ਬੰਦਾ ਜਾ ਕੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਹੋ ਨਹੀਂ ਸਕਦੀ, ਉਹ ਗੱਲ ਪਹੁੰਚਦੀ ਨਹੀਂ, ਪਰ ਜਿਹੜਾ ਵਰਕਰ ਹੈ ਸਿਸਟਮੈਟਿਕ ਤਰੀਕੇ ਦੇ ਨਾਲ ਆਪਣੇ ਪਾਰਟੀ ਅਦਾਰੇ ਦੇ ਥਾਈਂ ਪਹੁੰਚੀਏ, ਅਸੀਂ ਗੱਲ ਦੱਸੀਏ ਵੀ ਜੋ ਕਦਮ ਚੱਕੇ ਹੈ ਉਹਨਾਂ ਦਾ ਜਿਹੜਾ ਡਿਜ਼ਾਇਰਡ ਇਫੈਕਟ ਸੀਗਾ ਉਹ ਹੋ ਰਿਹਾ ਨਹੀਂ ਹੋ ਰਿਹਾ, ਕਿਹੜੀ ਦੁੱਖ ਤਕਲੀਫ ਹੈ ਰੀਅਲ ਟਾਈਮ ਉਹਦਾ ਸਲੂਸ਼ਨ ਕਰਵਾਇਆ ਜਾ ਸਕੇ। ਪੰਜਾਬ ਦੇ ਵਿੱਚ ਹੁਣ ਕਾਂਗਰਸ ਦੀ ਸਰਕਾਰ ਹੈ, ਪਰ ਉਸਦੇ ਬਾਵਜੂਦ ਜਿਹੜੇ ਵਿਧਾਇਕ ਹੈ ਤੁਹਾਡੀ ਪਾਰਟੀ ਦੇ ਜਾਂ ਵਰਕਰ ਹੈ ਉਹਨਾਂ ਦੇ ਵਿੱਚ ਇੱਕ ਸੋਚ ਸੁਣਨ ਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੀ ਬਿਊਰੋਕਰੇਸੀ ਹੈ ਉਹ ਡਿਕਟੇਟਰਸ਼ਿਪ ਦੀ ਤਰ੍ਹਾਂ ਕੰਮ ਕਰ ਰਹੀ ਹੈ। ਤੁਹਾਡਾ ਪਾਰਟੀ ਪ੍ਰਧਾਨ ਵਜੋਂ ਤੁਸੀਂ ਇਸ ਮਸਲੇ ਦੇ ਹੱਲ ਲਈ ਕੀ ਕਿੱਦਾਂ ਜਾਓ? ਡਿਕਟੇਟਰਸ਼ਿਪ, ਮੈਂ ਕਹੂੰਗਾ ਵੀ ਡਿਕਟੇਟਰਸ਼ਿਪ ਤੋਂ ਵੀ ਅੱਗੇ ਬੇਲਗਾਮ ਜਿਸ ਤਰ੍ਹਾਂ ਕਹਿੰਦੇ ਆ ਨਾ ਉਸ ਤਰ੍ਹਾਂ ਹੋਏ ਫਿਰਦੇ ਆ, ਉਸ ਹੁਣ ਤੋਂ ਪਹਿਲਾਂ ਦਿਸ ਡਿਕਟੇਟਰਸ਼ਿਪ ਵਾਜ ਚੈਨਲਾਈਜ਼ਡ। ਇੱਥੋਂ ਚੰਡੀਗੜ੍ਹ 'ਚ ਬੈਠ ਕੇ ਜਿਹੜੇ ਇਹਨਾਂ ਦੇ ਹੁਕਮਰਾਨ ਸੀ ਉਹਨਾਂ ਵਾਸਤੇ ਇੱਕ ਏਜੰਟ ਦੇ ਤੌਰ 'ਤੇ ਆ ਕੰਮ ਕਰ ਰਹੀ ਸੀ ਬਿਊਰੋਕਰੇਸੀ ਜਿਹੜੀ ਹੈ, ਬਹੁਤ ਸਾਰੇ ਬਿਊਰੋਕਰੈਟਸ ਈਵਨ ਸੀਨੀਅਰ ਮੋਸਟ ਬਿਊਰੋਕਰੈਟਸ ਉਹ ਵੀ ਰੂਲ ਆਫ ਲਾਅ ਪਾਸੇ ਰੱਖ ਕੇ, ਕੋਨਸਟੀਟਿਊਸ਼ਨਲ ਆਪਣੀ ਓਬਲੀਗੇਸ਼ਨ ਇੱਕ ਪਾਸੇ ਰੱਖ ਕੇ ਸਿਰਫ ਇੱਕ ਪਿੱਠੂ ਬਣ ਕੇ ਰਹਿ ਗਏ ਸੀ ਸਰਕਾਰ ਦੇ ਹੱਥ 'ਚ। ਸਰਕਾਰ ਬਦਲ ਗਈ, ਅੱਜ ਉਹ ਆਪਣੇ ਆਪ ਨੂੰ ਬੇਲਗਾਮੇ ਮਹਿਸੂਸ ਕਰ ਰਹੇ ਹੈ, ਬਟ ਉਹਨਾਂ ਦੀ ਮੈਂਟੈਲਿਟੀ ਅੱਜ ਵੀ ਉਹੀ ਨਿਚੋੜਨ ਦੀ, ਲੋਕਾਂ ਨੂੰ ਲੋਕਾਂ ਦੇ ਧੱਕੇਸ਼ਾਹੀ, ਤਸ਼ੱਦਦ, ਲੋਕਾਂ ਦੇ ਨਾਲ ਦੁਰਵਿਵਹਾਰ ਉਹ ਅਜੇ ਵੀ ਚੱਲ ਰਹੇ ਹੈ। ਅਤੇ ਉਹ ਮੇਨ ਇੱਕ ਏਜੰਡਾ ਹੈ ਕਾਂਗਰਸ ਪਾਰਟੀ ਦਾ, ਲਾਲ ਬੱਤੀ ਤਾਂ ਇੱਕ ਮਹਿਜ ਸਿੰਬਲ ਹੈ, ਇੱਕ ਸਿਰਫ ਇੱਕ ਲੋਕਾਂ ਨੂੰ ਦਿਖਾਉਣ ਵਾਸਤੇ ਹੈ ਇੱਕ ਮਸਲਾ। ਅਸਲ ਜਿਹੜੀ ਸੋਚ ਹੈ ਕਾਂਗਰਸ ਪਾਰਟੀ ਦੀ, ਅਸੀਂ ਆਹ ਨਹੀਂ ਵੀ ਖਾਸ ਆਦਮੀ ਨੂੰ ਹੇਠਾਂ ਲਿਆ ਕੇ ਖੜਾ ਕਰ ਦੇਣਾ, ਸਾਡਾ ਵੀ ਆਮ ਆਦਮੀ ਵੀ ਆਪਣੇ ਆਪ ਨੂੰ ਖਾਸ ਮਹਿਸੂਸ ਕਰੇ, ਉਹਨੂੰ ਜ਼ਲਾਲਤ ਨਾ ਫੇਸ ਕਰਨੀ ਪਵੇ ਸਰਕਾਰੀ ਆਫਿਸਿਸ ਦੇ ਵਿੱਚ, ਉਹਨੂੰ ਧੱਕੇ ਨਾ ਖਾਣੇ ਪੈਣ, ਉਹਨੂੰ ਥਾਂ ਥਾਂ ਜਾ ਕੇ ਟੱਕਰਾਂ ਨਾ ਮਾਰਨੀਆਂ ਪੈਣ, ਉਹਦਾ ਜਿਹੜਾ ਬਣਦਾ ਕੰਮ ਹੈ ਜੋ ਉਹਦਾ ਹੱਕ ਹੈ ਉਹਨੂੰ ਬਿਨਾਂ ਪਰੇਸ਼ਾਨੀ ਮਿਲ ਸਕੇ। ਉਹਦੇ ਵਾਸਤੇ ਸਾਡਾ ਇਹ ਸਰਕਾਰ ਤਾਂ ਹੀ ਇਸ ਕਿਸਮ ਦੀ ਜੋ ਔਕੜਾਂ ਆ ਰਹੀਆਂ, ਜਿਹਨਾਂ ਔਫਿਸਰ ਦੇ ਮਾਇੰਡ ਸੈੱਟ ਅਜੇ ਨਹੀਂ ਹੋ ਰਿਹਾ, ਜੋ ਰਿਜ਼ੋਲਵ ਕੀਤੇ ਜਾ ਸਕਦੇ ਆ ਮਸਲੇ, ਉਹਨਾਂ ਨੂੰ ਪਹੁੰਚਾਉਣ ਦਾ ਸਾਡਾ ਤਾਂ ਇੱਕ ਬ੍ਰਿਜ ਹੈ, ਐਡਮਿਨਿਸਟ੍ਰੇਟਿਵ ਅਤੇ ਪੋਲਿਸੀ ਡਿਸੀਜਨ ਹੈ, ਉਹ ਸਰਕਾਰ ਦੇ ਲੈਵਲ 'ਤੇ ਹੋਣਾ, ਅਸੀਂ ਤਾਂ ਸਰਕਾਰ ਦੀਆਂ ਅੱਖਾਂ ਅਤੇ ਸਰਕਾਰ ਦੇ ਕੰਨ ਆ, ਉਹਨਾਂ ਨੂੰ ਉੱਥੇ ਤੱਕ ਪਹੁੰਚਾਉਣਾ। ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਕਾਫੀ ਵਾਅਦੇ ਕੀਤੇ ਆ, ਉਹ ਲੋਕਾਂ ਨੂੰ ਲੈ ਕੇ ਵੀ ਸੀ, ਜਿੱਦਾਂ ਘਰ ਹੈ ਨਸ਼ਿਆਂ ਨੂੰ 4 ਹਫ਼ਤਿਆਂ ਦੇ ਵਿੱਚ ਖਤਮ ਕਰਨਾ, ਡਰੱਗ ਦਾ ਕਾਫੀ ਵੱਡਾ ਮਸਲਾ ਪੰਜਾਬ ਦੇ ਵਿੱਚ, ਜਾਂ ਨੌਜਵਾਨਾਂ ਨੂੰ ਸਮਾਰਟਫੋਨ ਦੇਣੇ ਆ, ਜਾਂ ਕਿਸਾਨਾਂ ਦੇ ਕਰਜ਼ੇ ਮਾਫ ਕਰਨੇ ਆ, ਇਹਨਾਂ ਸਮੱਸਿਆਵਾਂ ਦੇ ਹੱਲ ਲਈ ਕਾਂਗਰਸ ਪਾਰਟੀ ਕਿੰਨੀ ਕੁ ਗੰਭੀਰ ਹੈ, ਜਾਂ ਫਿਰ ਬੀਜੇਪੀ ਨੇ ਜਿੱਦਾਂ ਪਹਿਲਾਂ 15 ਲੱਖ ਖਾਤਿਆਂ 'ਚ ਆਉਣਗੇ ਜਾਂ ਹੋਰ ਕਾਫੀ ਵੱਡੇ ਵਾਅਦੇ ਫਿਰ ਜੁਮਲੇ ਹੀ ਸਾਬਤ ਹੋਏ, ਕਾਂਗਰਸ ਕਿਸ ਤਰ੍ਹਾਂ ਇਹਨੂੰ ਲੈਂਦੀ?
ਨਸ਼ੇ ਦੀ ਚਾਰ ਹਫ਼ਤੇ ਦੀ ਗੱਲ ਹੈ, ਤੁਸੀਂ ਦੇਖੋਗੇ ਅੱਜ ਦੇ ਦਿਨ ਨਸ਼ੇ ਦੀ ਜਿਹੜੀ ਕੀਮਤਾਂ ਪੰਜਾਬ ਦੇ ਅੰਦਰ ਅਸਮਾਨ ਛੂ ਰਹੀਆਂ, ਕਿਉਂਕਿ ਜਿਹੜੀ ਨਸ਼ੇ ਦੀ ਸਪਲਾਈ ਰੂਟ ਸੀਗਾ, ਜਿਹੜੀ ਸਪਲਾਈ ਸੀ ਉਹ ਬੰਦ ਕਰ ਦਿੱਤੀ ਗਈ, ਉਹਦਾ ਗਲਾ ਘੋਂਟ ਦਿੱਤਾ ਗਿਆ, ਕਮਰ ਤੋੜਤੀ ਸਪਲਾਈ ਦੀ, ਅਤੇ ਜੋ ਡਰੱਗ ਸਮਗਲਰ ਜਿਹੜੇ ਮੇਨ ਸਪਲਾਇਰ ਸੀਗੇ ਉਹ ਜਾਂ ਤਾਂ ਫੜੇ ਗਏ ਜਾਂ ਉਹ ਪੰਜਾਬ ਛੱਡ ਕੇ ਭੱਜ ਗਏ। ਤੁਸੀਂ ਨੈਸ਼ਨਲ ਨਿਊਜ਼ ਪੇਪਰ 'ਚ ਵੀ ਦੇਖਿਆ ਹੋਣਾ, ਦੇਰ ਇਜ਼ ਅ ਨੈਸ਼ਨਲ ਰਿਪੋਰਟ ਆਲਸੋ, ਵੀ ਹੁਣ ਜਿਹੜਾ ਨਸ਼ੇ ਦੇ ਵਪਾਰੀ ਉਹਨਾਂ ਦਾ ਓਪਰੇਟਿੰਗ ਏਰੀਆ ਦਿੱਲੀ ਹਰਿਆਣਾ ਦੇ ਆਸ ਪਾਸ ਜਿਹੜੇ ਦੂਜੇ ਸਟੇਟ 'ਚ ਚਲੇ ਗਏ, ਕਿਉਂਕਿ ਇੱਥੇ ਉਹਨਾਂ 'ਚ ਜਦੋਂ ਦਬਿਸ਼ ਪਈ ਉਹ ਇੱਥੋਂ ਪੰਜਾਬ ਛੱਡ ਗਏ। ਜਿਵੇਂ ਇੱਕ ਕਹਾਵਤ ਵੀ ਹੈ, ਕਹਿੰਦਾ ਕੈਪਟਨ ਸਾਹਿਬ ਦੀ ਸਿੱਧੀ ਪੋਲਿਸੀ, ਜਾਂ ਤਾਂ ਕਨਈਆ ਰੇਲਵੇ ਜਾਂ ਕਨਈਆ ਜੇਲ੍ਹ ਮੇਂ। ਜਿਹੜੇ ਇਸ ਕਿਸਮ ਦੇ ਬਦਮਾਸ਼ ਸੀ ਉਹਨਾਂ ਦਾ ਪੰਜਾਬ 'ਚ ਅੱਜ ਕੋਈ ਦੇਰ ਇਜ਼ ਨੋ ਪੋਲੀਟੀਕਲ ਪੈਟਰਨੇ, ਦੇਰ ਇਜ਼ ਨੋ ਐਡਮਿਨਿਸਟ੍ਰੇਟਿਵ ਪੈਟਰਨੇ, ਉਹਨਾਂ ਨੂੰ ਕਿਸੇ ਕਿਸਮ ਦਾ ਰਾਜਨੀਤਿਕ ਜਾਂ ਐਡਮਿਨਿਸਟ੍ਰੇਟਿਵ ਪ੍ਰਸ਼ਾਸਨ ਦਾ ਸੰਰਕਸ਼ਣ ਜਿਹੜਾ ਹੈ ਉਹਦੀ ਕਮਰ ਤੋੜਤੀ, ਉਹਦੇ ਨਤੀਜੇ ਨੂੰ ਕਰਕੇ ਅੱਜ ਜਿਹੜਾ ਇੱਥੇ ਆ ਹੋਇਆ ਖੜਾ ਹੈ। ਜਿੱਥੇ ਤਾਂ ਇਹ ਸਮਾਰਟਫੋਨ ਦੀ ਗੱਲ ਹੈ, ਸਮਾਰਟਫੋਨ ਇਜ਼ ਆਲਰੇਡੀ ਇਨ ਦਾ ਪਾਈਪਲਾਈਨ। ਮੈਂ ਸਮਝਦਾ ਵੀ ਇਸੇ ਸਾਲ ਦੇ ਅੰਦਰ ਅੰਦਰ ਜਿਹੜੇ ਬਜਟ ਦੇ ਬਾਅਦ ਤੁਸੀਂ ਇਮੀਡੀਏਟਲੀ ਦੇਖੋਗੇ ਸਪਲਾਈ ਜਿਹੜੇ ਸਮਾਰਟਫੋਨ ਵਾਲਾ ਮਸਲਾ ਵੀ ਆ ਤਾਂ ਬਹੁਤ ਵੱਡੇ ਪੱਧਰ 'ਤੇ ਚਾਲੂ ਹੋ ਜੂਗਾ, ਐਂਡ ਵਿਦ ਇਨ ਅ ਵੈਰੀ ਲਿਮਿਟਡ ਸ਼ਾਰਟ ਪੀਰੀਅਡ ਮੈਂ ਸਮਝਦਾ ਵੀ ਇਹ ਜਿਹੜਾ ਵਾਅਦਾ ਕੀਤਾ ਪੂਰਾ ਹੋ ਜਾਊਗਾ। ਮੇਨ ਜਿਹੜਾ ਸਾਡਾ ਚੈਲੰਜ ਹੈ ਅਤੇ ਜਿਹੜੇ ਲੋਕਾਂ ਦੀ ਆਸ ਹੈ ਉਹ ਜਿਹੜੀ ਹੈ ਕਿਸਾਨਾਂ ਦੇ ਕਰਜ਼ੇ ਮਾਫੀ ਦੀ। ਬਹੁਤ ਵੱਡਾ ਇੱਕ ਅਹਿਦ ਕੈਪਟਨ ਅਮਰਿੰਦਰ ਸਿੰਘ ਜੀ ਨੇ ਲਿਆ ਸੀਗਾ ਜਦੋਂ ਉਹਨਾਂ ਨੇ ਕੀਤਾ, ਉਹ ਆਪਣੀ ਪੂਰੀ ਜ਼ਿੰਮੇਵਾਰੀ ਨੂੰ ਸਮਝ ਕੇ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਆਹ ਕਿਸ ਤਰ੍ਹਾਂ ਕਰਾਂਗੇ। ਉਸ ਨੂੰ ਚੱਲਦੇ ਹੋਏ ਉਹ ਸਭ ਤੋਂ ਪਹਿਲਾਂ ਵਟ ਐਵਰ ਆਵਰ ਪੋਲੀਟੀਕਲ ਡਿਫਰੈਂਸਿਸ, ਕੈਪਟਨ ਸਾਹਿਬ ਨੇ ਪਹਿਲਾਂ ਜਿਹੜਾ ਉਹਨਾਂ ਦਾ ਮੁਕਾਮ ਸੀ ਫਿਰ ਜਿਹਨਾਂ ਨੂੰ ਉੱਥੇ ਗਏ ਹੈ ਪ੍ਰਧਾਨ ਮੰਤਰੀ ਕੋਲ ਜਾ ਕੇ, ਸਾਡੇ ਇਸ ਕਰਜ਼ੇ ਮਾਫ਼ੀ ਦਾ ਤੁਸੀਂ ਦੇਖੋ ਵੀ ਇਹਨੂੰ ਬੀਜੇਪੀ ਦੀ ਇਹਦੀ ਗੰਭੀਰਤਾ ਨੂੰ ਸਮਝ ਰਹੀ ਹੈ। ਉਹਨਾਂ ਨੇ ਪੰਜਾਬ ਦਾ ਮਾਡਲ ਕਾਪੀ ਕਰਕੇ ਸਭ ਤੋਂ ਪਹਿਲਾਂ ਇੱਥੇ ਇਲੈਕਸ਼ਨਾਂ 'ਚ ਕਹਿੰਦੇ ਰਹੇ ਕਰਜ਼ਾ ਮਾਫ਼ ਹੋ ਨਹੀਂ ਸਕਦਾ, ਹੋ ਨਹੀਂ ਸਕਦਾ। ਯੂਪੀ 'ਚ ਪੈਂਦੇ ਉਹਨਾਂ ਨੇ ਘੱਟੋ ਘੱਟ ਐਲਾਨ ਕਰਤਾ, ਇੱਕ ਬਣਾਇਆ ਜਾ ਰਿਹਾ ਵੀ ਉਹਨਾਂ ਨੇ ਕਰਤਾ ਸਿਰਫ 2-3 ਹਜ਼ਾਰ ਕਰੋੜ ਰੁਪਈਏ ਦਾ ਕਰਜ਼ਾ ਮਾਫ਼ ਕੀਤਾ, ਵੇਅਰ ਐਜ਼ ਪੰਜਾਬ ਦੇ ਸਾਹਮਣੇ ਤਾਂ ਹਜ਼ਾਰਾਂ ਕਰੋੜ ਰੁਪਈਏ ਦਾ, ਘੱਟੋ ਘੱਟ 50-60 ਹਜ਼ਾਰ ਕਰੋੜ ਰੁਪਈਏ ਦਾ ਜਿਹੜਾ ਐਸਟੈਬਲਿਸ਼ ਕਰ ਰਹੀ ਹੈ ਪੰਜਾਬ ਸਰਕਾਰ, ਵੀ ਹੈ ਕਿੰਨਾ ਉਹਦੇ ਵਾਸਤੇ ਅਸੀਂ ਰਿਸੋਰਸ ਮੋਬਲਾਈਜੇਸ਼ਨ ਉਹਦੇ ਵਾਸਤੇ ਕਿਸ ਤਰ੍ਹਾਂ ਕੀਤਾ ਜਾਊਗਾ। ਅਫਕੋਰਸ ਅਸੀਂ ਵੀ ਸਮਝਦੇ ਹਾਂ ਵੀ ਇੱਕ ਮੌਕੇ ਸਾਰਾ ਦਾ ਸਾਰਾ ਨਹੀਂ ਕਲੀਅਰ ਕੀਤਾ ਜਾ ਸਕਦਾ, ਪਰ ਉਹਦੇ ਵਾਸਤੇ ਬੜੀ ਗੰਭੀਰਤਾ ਨਾਲ ਕੇਂਦਰ ਸਰਕਾਰ 'ਚ ਵੀ ਜਾਵਾਂਗੇ, ਈਵਨ ਪ੍ਰਧਾਨ ਮੰਤਰੀ ਵੀ ਕਹਿ ਰਹੇ ਵੀ ਸਾਡੀ ਕੋਸ਼ਿਸ਼ ਹੈ ਪੂਰੇ ਹਿੰਦੁਸਤਾਨ 'ਚ ਕੀਤਾ ਜਾਵੇ, ਕੁਛ ਬਰਡਨ ਉਹਨਾਂ ਤੋਂ ਸ਼ੇਅਰ ਕਰਵਾਉਣ ਦਾ ਪ੍ਰਯਾਸ ਹੋਊਗਾ, ਬਿਕੋਜ਼ ਕਿਸਾਨ ਜਿਹੜਾ ਹੈ ਪੰਜਾਬ ਦਾ ਇਕੱਲੇ ਪੰਜਾਬ ਦਾ ਢਿੱਡ ਨਹੀਂ ਭਰਦਾ, ਪੂਰੇ ਹਿੰਦੁਸਤਾਨ ਦਾ। ਇੱਕ ਪਾਸੇ ਤਾਂ ਸਾਨੂੰ ਅੰਨਦਾਤਾ ਕਹਿੰਦੇ ਅਤੇ ਦੂਜੇ ਪਾਸੇ ਕਹਿੰਦੇ ਨਹੀਂ ਜੀ ਅਸੀਂ ਤਾਂ ਪੰਜਾਬ ਨਾਲ ਕੁਛ ਲੈਣਾ ਦੇਣਾ ਨਹੀਂ, ਇਹਨਾਂ ਗੱਲਾਂ ਦਾ ਕੀਤਾ ਜਾਊਗਾ। 70,000 ਕਰੋੜ ਰੁਪਈਏ ਦਾ ਆਹ ਜਿਹੜਾ ਫੂਡ ਸਕੈਮ ਹੋਇਆ ਸੀਗਾ ਤੁਸੀਂ ਦੇਖਿਆ, ਉਹਦੇ ਵਿੱਚ 32,000 ਕਰੋੜ ਰੁਪਈਏ ਦਾ ਫੂਡ ਸਕੈਮ ਸੀਗਾ, ਉਹਦੇ 'ਤੇ ਕਰਜ਼ਾ ਲਈ ਬੈਠੇ ਹੈ। ਉਹ ਕਰਜ਼ਾ 20 ਸਾਲਾਂ ਦੇ ਅੰਦਰ ਪੰਜਾਬ ਦੇ ਲੋਕ 70,000 ਕਰੋੜ ਰੁਪਈਆ ਮੋੜਨਗੇ। ਕੈਪਟਨ ਸਾਹਿਬ ਦੀ ਜਿਹੜੀ ਕਮੇਟੀ ਉਹਨਾਂ ਨੇ ਬਣਾਈ ਹੈ ਉਹ ਭੋਖ ਰਹੀ ਹੈ ਵੀ ਆਹਦੀ ਜ਼ਿੰਮੇਵਾਰੀ ਉਹਨਾਂ ਲੋਕਾਂ 'ਤੇ ਜਿਨ੍ਹਾਂ ਨੇ ਲੁੱਟਿਆ ਪੰਜਾਬ ਨੂੰ, ਜਾਂ ਕਿਤੇ ਕੋਈ ਕਾਨੂੰਨੀ ਨੁਕਤਾ ਇਸ 'ਚ ਕਮੀ ਹੈ, ਜਾਂ ਤਾਂ ਸੈਂਟਰ ਉਹਨੂੰ ਬੇਅਰ ਕਰੇ। ਪੰਜਾਬ ਦਾ ਜਨਤਾ 'ਤੇ ਆ ਬੋਝ ਕਿਉਂ ਪਾਇਆ ਜਾਵੇ? 70,000 ਕਰੋੜ ਦੇ ਨਾਲ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਜਾ ਸਕਦਾ, ਬਨਿਸਬਤ ਕੀ ਸੈਂਟਰ ਨੂੰ ਅਕਾਲੀ ਸਰਕਾਰ ਦੀ ਨਲਾਇਕੀਆਂ ਉਹਨਾਂ ਦੇ ਭ੍ਰਿਸ਼ਟਾਚਾਰ ਦਾ ਬੋਝ ਜਿਹੜਾ ਪੰਜਾਬ ਦੇ ਲੋਕਾਂ ਤੱਕ ਹੋਵੇ, ਉਸ ਪੈਸੇ ਨਾਲ ਉਹਦਾ ਕਰਜ਼ਾ ਮਾਫ਼ ਕੀਤਾ ਜਾਵੇ। ਇਹਦਾ ਐਗਜੈਕਟ ਬਲੂ ਪ੍ਰਿੰਟ ਜਿਹੜਾ ਮੈਂ ਸਮਝਦਾ ਬਜਟ ਦੇ ਅੰਦਰ ਜਿਹੜਾ ਅਗਲੇ ਮਹੀਨੇ ਬਜਟ ਸੈਸ਼ਨ ਹੋਊਗਾ ਉਹਦੇ ਵਿੱਚ ਸਰਕਾਰ ਜਿਹੜੇ ਕੰਕਰੀਟ ਸਟੈਪਸ ਤੁਹਾਨੂੰ ਦਿਖਾਵਾਂਗੇ। ਵੈਸੇ ਤਾਂ ਪੰਜਾਬ ਕਾਫੀ ਦਰਪੇਸ਼ ਸਮੱਸਿਆਵਾਂ ਨਾਲ ਘਿਰਿਆ, ਪਰ ਜਿਹੜਾ ਇੱਕ ਵਿੱਤੀ ਸੰਕਟ ਹੈ ਉਹਨੂੰ ਲੈ ਕੇ ਸਰਕਾਰ ਦਾ ਕੀ ਰਵੱਈਆ ਰਹੇਗਾ ਅਤੇ ਇਹਦੇ ਬਾਰੇ ਕੀ ਕਦਮ ਚੁੱਕੇ ਜਾਣਗੇ?
ਆਈ ਥਿੰਕ ਕਲੈਰਿਟੀ ਹੈ ਨਹੀਂ ਸਾਹਿਬ ਇੱਥੇ ਤਾਂ ਜਿਸ ਤਰ੍ਹਾਂ ਕੋਈ ਲੁੱਟ ਮੱਚੀ ਸੀ ਉਹ ਹਿਸਾਬ ਹੋਇਆ ਖੜਾ ਦੇਰ ਆਰ ਨੋ ਨੋਰਮਸ ਦੇ ਆਰ ਨੋ ਐਸਟੈਬਲਿਸ਼ਡ ਪ੍ਰੈਕਟਿਸਿਜ਼ ਜਿਹੜੀਆਂ ਹੈਗੀਆਂ ਫਾਈਨੈਂਸ ਦੀਆਂ ਉਹ ਸਾਰੀਆਂ ਛਿੱਕੇ ਟੰਗ ਤੀਆਂ ਇੱਥੇ ਤਾਂ ਆਹ ਹੀ ਨਹੀਂ ਪਤਾ ਵੀ ਪੰਜਾਬ 'ਤੇ ਕਰਜ਼ਾ ਹੈ ਕਿੰਨਾ 1,70,000 crore ਤੋਂ ਚਾਲੂ ਹੋ ਕੇ 2,50,000 crore ਤਾਂ ਹੀ ਬੋਲਦਾ 70-80,000 crore ਦਾ ਤਾਂ ਮੇਲ ਮਿਲਾਪ ਹੀ ਨਹੀਂ ਹੋ ਰਿਹਾ ਵੀ ਹੈ ਕਿੱਥੇ ਪੈਸਾ ਕਿੰਨਾ ਰੁਪਏ ਕਰਜ਼ਾ ਪੰਜਾਬ ਦੀ ਜਨਤਾ ਦੇ ਉੱਤੇ ਚੜਾ ਰੱਖਿਆ 70,000 crore ਰੁਪਇਆ ਆਹ ਅਸੀਂ ਚੈਲੰਜ ਕਰ ਰਹੇ ਵੀ ਆ ਕਿਸ ਗੱਲ ਦਾ ਲੁੱਟਿਆ ਕਿਸੇ ਨੇ ਲੁੱਟਿਆ ਬਦਮਾਸ਼ ਨੇ ਅਤੇ ਉਹਦਾ ਹਰਜ਼ਾਨਾ ਪੈ ਰਿਹਾ ਪਿੰਡ 'ਤੇ ਲੁੱਟਿਆ ਅਕਾਲੀ ਸਰਕਾਰ ਨੇ 70,000 crore ਰੁਪਇਆ ਹਰਜ਼ਾਨਾ ਦੇਵੇ ਪੰਜਾਬ ਦੀ ਜਨਤਾ ਇਹਨਾਂ ਗੱਲਾਂ ਨੂੰ ਇੱਕ ਵਾਈਟ ਪੇਪਰ ਲੈ ਕੇ ਆ ਰਹੇ ਡਾਕਟਰ ਸਾਹਿਬ ਨੇ ਵਾਈਟ ਪੇਪਰ ਤਿਆਰ ਹੋ ਰਿਹਾ ਵਾਈਟ ਪੇਪਰ ਬਜਟ ਸੈਸ਼ਨ 'ਚ ਆਊਗਾ ਐਂਡ ਆਫਕੋਰਸ ਬਹੁਤ ਵੱਡੀ ਪ੍ਰੋਬਲਮ ਹੈ ਉਹਨੂੰ ਰਿਸੋਰਸ ਮੋਬਲਾਈਜੇਸ਼ਨ GST ਦੇ ਨਾਲ ਕਿੰਨਾ ਫਰਕ ਪੈਂਦਾ ਕਿਸ ਤਰ੍ਹਾਂ ਤੁਸੀਂ ਇਹ ਦੇਖਿਆ ਹੋਣਾ ਕਿ ਆਹ ਜਿਹੜੀ ਹੁਣ ਪ੍ਰਪੋਜ਼ਲਸ ਆ ਰਹੀ ਹੈ ਰੇਤੇ ਵਾਲੀ ਆ ਜਿਹੜੀ ਆਪਸ਼ਨ ਵਗੈਰਾ ਹੋ ਰਹੀ ਹੈ ਤੁਸੀਂ ਹੈਰਾਨ ਹੋਣਗੇ ਪੰਜਾਬ ਦੀ ਜਨਤਾ ਟੋਟਲ ਜਿਹੜਾ 1,000 crore ਰੁਪਈਏ ਦਾ ਕੰਮ ਹੈ ਸਰਕਾਰ ਨੂੰ ਸਿਰਫ 35-40 crore ਰੁਪਇਆ ਉਹਦੀ ਰੋਇਲਟੀ ਆ ਰਹੀ ਸੀ ਹਰ ਸਾਲ ਅਤੇ ਇਹਨਾਂ ਲੋਕਾਂ ਦੇ ਜਥੇਦਾਰਾਂ ਦੀ ਜੇਬ 'ਚ ਪਤਾ ਨਹੀਂ 3-4,000 crore ਰੁਪਈਏ ਇਹ ਪਾਈ ਜਾ ਰਹੇ ਸੀਗੇ ਲੋਕਾਂ ਨੂੰ ਰੇਤਾ ਆਟੇ ਨਾਲੋਂ ਮਹਿੰਗਾ ਹੋਇਆ ਖੜਾ ਸੀਗਾ ਉਸ ਰੇਤੇ ਨੂੰ ਓਪਨ ਆਪਸ਼ਨ ਕਰਵਾ ਕੇ ਹਾਈਐਸਟ ਬਿਡਰ ਨੂੰ ਦੇਣ ਦੇ ਚੱਕ ਉਹਦੇ ਕਰਕੇ ਇਹ ਕੀ ਜਿਹੜਾ ਰੈਵਨਿਊ ਹੈ 30 crore ਤੋਂ ਵਧਾ ਕੇ ਸਾਡਾ ਜਿਹੜਾ ਟੀਚਾ ਹੈ 350 ਤੋਂ ਲੈ ਕੇ 500 crore ਰੁਪਈਆ ਸਰਕਾਰ ਨੂੰ ਉਹਦਾ ਆਊਗਾ ਇਸੇ ਤਰ੍ਹਾਂ ਹੀ ਕੋਰਨਰ ਕੋਸਟ ਕਟਿੰਗ ਦਾ ਹਰੇਕ ਪ੍ਰਯਾਸ ਕੀਤਾ ਜਾ ਰਿਹਾ ਕਿ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮਸ ਹੈ ਉਹਨਾਂ ਨੂੰ ਹੱਲ ਕੀਤਾ ਜਾਵੇ ਪੋਜ਼ਿਟਿਵ ਵੇ ਨਾਲ ਪੰਜਾਬ ਕਾਂਗਰਸ ਦੇ ਕਈ ਵਿੰਗ ਹੈ ਮਹਿਲਾ ਵਿੰਗ ਹੈ ਯੂਥ ਵਿੰਗ ਹੈ ਜ਼ਿਆਦਾਤਰ ਜਿਹੜੇ ਡੈਡੀ ਸਾਬਤ ਹੁੰਦੇ ਆ ਸਰਗਰਮ ਵਿੰਗ ਉਹਨਾਂ ਨੂੰ ਸਰਗਰਮ ਕਰਨ ਲਈ ਤੁਸੀਂ ਪ੍ਰਧਾਨ ਦੇ ਤੌਰ 'ਤੇ ਕੀ ਜਤਨ ਮੈਂ ਚਾਰਜ ਲਿਆ ਮੇਰਾ ਪਹਿਲਾਂ ਤਾਂ ਕਦਮ ਜਿਹੜਾ ਮੇਰੇ ਦਿਮਾਗ 'ਚ ਹੈ ਮੈਂ ਸਾਰੇ ਸਾਡੇ ਜਿਹੜੇ ਪਰੰਟਲ ਆਰਗਨਾਈਜੇਸ਼ਨ ਹੈ ਸਾਰੇ ਸਾਥੀ ਸਾਡੇ ਜਿਹੜੇ ਹੈਡਸ ਉਹਨਾਂ ਦੇ ਸਾਡੇ ਯੂਥ ਦੇ NSUI ਦੇ ਮਹਿਲਾ ਵਿੰਗ ਦੇ ਉਹਨਾਂ ਨਾਲ ਇੱਕ ਬੈਠ ਕੇ ਅਸੀਂ ਸਾਂਝੀ ਮੀਟਿੰਗ ਕਰਾਂਗੇ ਐਂਡ ਵੀ ਵਿਲ ਸੀ ਵੀ ਸਾਡੀ ਆਪਸ 'ਚ ਸੈਨਰਜੀ ਬਣੇ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਨਾ ਕਿ ਸੈਪਰੇਟ ਆਈਡੈਂਟੀਟੀਜ਼ ਵੀ ਆਰ ਡਿਫਰੈਂਟ ਫੇਸਿਸ ਆਫ ਦਾ ਸੇਮ ਬੋਡੀ ਸੇਮ ਆਰਗਨਾਈਜੇਸ਼ਨ ਉਹਦਾ ਅਸੀਂ ਬੈਟਰ ਕੋਆਰਡੀਨੇਸ਼ਨ ਪੂਲਿੰਗ ਆਫ ਰਿਸੋਰਸਿਸ ਪੂਲਿੰਗ ਆਫ ਆਈਡੀਆਜ਼ ਇਸ ਤਰ੍ਹਾਂ ਨੂੰ ਕਰਾਂਗੇ ਆਈ ਥਿੰਕ ਵੀ ਵਿਲ ਉਹਦੇ 'ਤੇ ਬੜਾ ਗੰਭੀਰਤਾ ਨਾਲ ਅਸੀਂ ਕੰਮ ਕਰਾਂਗੇ ਜਿਹੜਾ ਕਾਂਗਰਸ ਦਾ ਜਥੇਬੰਦਕ ਢਾਂਚਾ ਹੈ ਉਹਦੇ ਵਿੱਚ ਫੇਰ ਬਦਲ ਦੇ ਆਸਾਰ ਹੈ ਜਿਸ ਤਰ੍ਹਾਂ ਪਹਿਲਾਂ ਜ਼ੋਨ ਦੇ ਵਿੱਚ ਵੰਡਿਆ ਗਿਆ ਸੀ ਮਾਲਵਾ ਮਾਝਾ ਦੁਆਬਾ ਉਹਦੇ ਲਈ ਚੇਂਜ ਫੋਰ ਦਾ ਸੇਕ ਆਫ ਚੇਂਜ ਅਸੀਂ ਨਹੀਂ ਕਰਨਾ ਵੀ ਨਵਾਂ ਪ੍ਰਧਾਨ ਬਣਿਆ ਕਿਉਂਕਿ ਇਸ ਜਿਹੜੀ ਆ ਸਾਡੀ ਕਮੇਟੀ ਹੈ ਕੈਪਟਨ ਸਾਹਿਬ ਦੀ ਰਹਿਨੁਮਾਈ 'ਚ ਉਹਨਾਂ ਨੇ ਇੱਕ ਐਡੀ ਵੱਡੀ ਜਿੱਤ ਕਾਂਗਰਸ ਪਾਰਟੀ ਨੂੰ ਦਵਾਈ ਹੈ ਬਟ ਐਨੀਵੇ ਤੁਹਾਨੂੰ ਮੈਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਦੱਸ ਵੀ ਦਿਆਂ ਕਿ ਅਕਤੂਬਰ 'ਤੇ ਹੀ ਜਿਹੜਾ ਪੂਰਾ AICC ਲੈਵਲ ਤੋਂ ਆਲ ਇੰਡੀਆ ਲੈਵਲ 'ਤੇ ਕਾਂਗਰਸ ਪਾਰਟੀ ਦੇ ਇਲੈਕਸ਼ਨਸ ਹੋ ਰਹੇ ਹੈ ਜਿਹੜੇ ਅਕਤੂਬਰ ਦੇ ਮਹੀਨੇ 'ਤੇ ਕੰਪਲੀਟ ਹੋ ਜਾਣਗੇ ਐਨੀਵੇ ਦੇ ਵਿਲ ਬੀ ਅ ਚੇਂਜ ਇਨ ਦਾ ਵੇ ਵੀ ਨਵੇਂ ਸਿਰੇ ਤੋਂ ਇਲੈਕਸ਼ਨ ਹੋਣਗੇ ਨਵੀਂ ਬਾਡੀ ਕ੍ਰੀਏਟ ਹੋਈ ਨਵੇਂ PCC ਮੈਂਬਰਸ ਬਣ ਜਾ ਰਹੇ ਹੈ ਉਹਦੇ ਦੇਖਦੇ ਹੋਏ ਜਿੱਥੇ ਕਿਤੇ ਜੋ ਵੀ ਲੋੜ ਪਊਗੀ ਰਾਈਟ ਨਾਓ ਆਈ ਐਮ ਨੋਟ ਇਨ ਪੋਜੀਸ਼ਨ ਪਰ ਮੈਂ ਇੰਨਾ ਕਹਿ ਸਕਦਾ ਵੀ ਸਿਰਫ ਬਦਲਣ ਵਾਸਤੇ ਅਸੀਂ ਨਹੀਂ ਕਿਸੇ ਨੂੰ ਬਦਲਣਾ ਜਿੱਥੇ ਕਿਸੇ ਦੀ ਐਡੀਸ਼ਨ ਦੀ ਲੋੜ ਹੈ ਐਡੀਸ਼ਨ ਕਰਾਂਗੇ ਜਿੱਥੇ ਕਈ ਸਾਥੀਆਂ ਨੂੰ ਹੋਰ ਜ਼ਿੰਮੇਵਾਰੀ ਸਰਕਾਰ 'ਚ ਮਿਲ ਗਈ ਹੈ ਕਿਸੇ ਹੋਰ ਇਦਾਰੇ 'ਚ ਜ਼ਿੰਮੇਵਾਰੀ ਮਿਲ ਗਈ ਉਹਨਾਂ ਨੂੰ ਉੱਥੇ ਨਵੇਂ ਬੰਦਿਆਂ ਨੂੰ ਨੌਜਵਾਨਾਂ ਨੂੰ ਇੱਥੇ ਲੈ ਕੇ ਆਇਆ ਜਾਊਗਾ ਇੱਕ ਜਿਹੜਾ ਓਨਲੀ ਡਾਇਰੈਕਸ਼ਨ ਜਿਹੜੀ ਮੈਂ ਸਮਝਦਾ ਵੀ ਹਿਦਾਇਤ ਜੋ ਸਾਨੂੰ ਗਾਈਡਲਾਈਨਸ ਰਾਹੁਲ ਜੀ ਦਾ ਪਰਸਨਲ ਜਿਹੜਾ ਉਹਨਾਂ ਦਾ ਇੱਕ ਧੇਅ ਹੈ ਵੀ ਨਵੀਂ ਲੀਡਰਸ਼ਿਪ ਨੂੰ ਪੈਦਾ ਕੀਤਾ ਜਾਵੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਟੂ ਪ੍ਰੂਵ ਦੈਮਸੈਲਫ ਅੱਜ ਸਰਕਾਰ ਹੈ ਬਹੁਤ ਵਧੀਆ ਉਹਨਾਂ ਦੇ ਵਾਸਤੇ ਫੀਲਡ ਅਵੇਲੇਬਲ ਹੈ ਤਾਂ ਕਿ ਉਹ ਕੰਮ ਕਰਕੇ ਲੋਕਾਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਆਹ ਜਿਹੜੀ ਕਾਂਗਰਸ ਦੀ ਵਿਚਾਰਧਾਰਾ ਹੈ ਉਹਦੇ ਨਾਲ ਮੁੜ ਕੇ ਉਹਦੇ 'ਚ ਆਪਣੀ ਜਗ੍ਹਾ ਬਣਾ ਪੰਜਾਬ ਦੇ ਵਿੱਚ ਜਿਹੜਾ ਅਨੁਸੂਚਿਤ ਜਾਤੀ ਵਰਗ ਹੈ ਉਹਨਾਂ ਦਾ ਵੋਟ ਬੈਂਕ ਬਹੁਤ ਤਕੜਾ ਰਿਹਾ ਸ਼ੁਰੂ ਤੋਂ
ਪਰ ਪਿਛਲੀਆਂ ਜਿਹੜੀਆਂ ਇਲੈਕਸ਼ਨ ਦਾ ਉਹਨਾਂ ਦੇ ਵਿੱਚ ਇਹ ਦੇਖਣ ਨੂੰ ਆਇਆ ਕਿ ਇਹ ਵੋਟ ਬੈਂਕ ਨੂੰ ਖੋਰਾ ਲੱਗਦਾ ਰਿਹਾ, ਹਾਲਾਂਕਿ ਕਾਂਗਰਸ ਦਾ ਵੋਟ ਬੈਂਕ ਬਣਿਆ। ਉਸ ਵਰਗ ਨੂੰ ਨਾਲ ਜੋੜ ਕੇ ਰੱਖਣ ਲਈ ਪਾਰਟੀ ਪ੍ਰਧਾਨ ਵਜੋਂ ਤੁਹਾਡੇ ਕੀ ਅਸੀਂ ਸਾਰਿਆਂ ਨੂੰ ਨਾਲ ਰੱਖਣ ਦਾ, ਪਰ ਉਹਨਾਂ ਦੇ ਸਾਹਮਣੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਕਾਂਗਰਸ ਪਾਰਟੀ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਦੇ ਵਿੱਚ ਹੈ। ਸਮਾਂ ਉਹਦੇ ਫੈਲਟ ਇਗਨੋਰਡ ਵੀ ਉਹਨਾਂ ਦੇ ਜਿਹੜੇ ਰੀਅਲ ਕੰਸਰਨਸ ਹੈ ਉਹ ਐਡਰੈਸ ਨਹੀਂ ਕੀਤੇ ਜਾ ਰਹੇ। ਅਤੇ ਮੇਰਾ ਪ੍ਰਯਾਸ ਹੋਊਗਾ ਇੱਕ ਤਾਂ ਬੇਸਿਕਲੀ ਦੇ ਵਿਲ ਹੈਵ ਫੁੱਲ ਰਿਪ੍ਰਜੈਂਟੇਸ਼ਨ ਜਿਹੜਾ ਬਣਦਾ ਉਸ ਤੋਂ ਉਹਨਾਂ ਦਾ ਆਦਰ ਮਾਨ ਸਤਿਕਾਰ ਰਿਪ੍ਰਜੈਂਟੇਸ਼ਨ ਤਾਂ ਹੋਊਗੀ ਹੋਊਗੀ, ਬਟ ਉਹਨਾਂ ਦੇ ਜਿਹੜੇ ਰਿਲੇਟਿਡ ਇਸ਼ੂਜ਼ ਹੈ ਉਹ ਵੀ ਅਸੀਂ ਸਰਕਾਰ ਨਾਲ ਟੇਕਅਪ ਕਰਾਂਗੇ। ਬੜੇ ਛੋਟੇ ਛੋਟੇ ਇਸ਼ੂਜ਼ ਹੈ, ਚਾਹੇ ਉਹਨਾਂ ਦੇ ਸਕੋਲਰਸ਼ਿਪ ਨੂੰ ਲੈ ਕੇ ਬੱਚਿਆਂ ਦੇ ਹੈ, ਉਹਨਾਂ ਦੇ ਜੋ ਇੱਥੇ ਬਜਟ ਦੇ ਵਿੱਚ ਸਪੈਸ਼ਲ ਪ੍ਰੋਵਾਈਡ ਫੋਰ ਕੀਤਾ ਜਾਂਦਾ ਹੈ ਉੱਥੇ ਤਾਈਂ ਪਹੁੰਚਦਾ ਨਹੀਂ, ਬਹੁਤ ਸਾਰੀਆਂ ਗੱਲਾਂ ਵਿੱਚ ਨੀਡਸ ਅ ਬਿਟ ਕੇਅਰਫੁੱਲ ਹੈਂਡਲਿੰਗ। ਉਹ ਜਿਹੜਾ ਐਡਾ ਵੀ ਕੋਈ ਇੰਪੋਸੀਬਲ ਟਾਸਕ ਹੈ ਨਹੀਂ ਜਿਹਨੂੰ ਮਸਲਾ ਹੱਲ ਕਰ ਸਕੇ। ਅਸੀਂ ਕੋਸ਼ਿਸ਼ ਕਰਕੇ ਉਹਨਾਂ ਦੀ ਸਮੱਸਿਆ ਦੇ ਉੱਤੇ ਪੂਰਾ ਫੋਕਸ ਕਰਾਂਗੇ ਅਤੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਇੱਕ ਦੇਰ ਵੀ ਹੈ, ਕੋਂਸਟੈਂਟ ਇੰਟਰੈਕਸ਼ਨ ਬਿਟਵੀਨ ਸਾਡੀ ਪਾਰਟੀ ਦੇ ਰਾਹੀਂ ਉਹਨਾਂ ਦੇ ਵੀ ਕੰਸਰਨ ਜਿਹੜੇ ਹੈ ਚੀਫ ਮਿਨਿਸਟਰ ਸਾਹਿਬ ਅਤੇ ਸਰਕਾਰ ਤਾਈਂ ਪਹੁੰਚਾਉਂਦੇ ਰਹਾਂਗੇ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ 10 ਸਾਲ ਬਾਅਦ ਆ ਗਈ, ਜਿਹੜੇ ਵਰਕਰ ਆ ਉਹਨਾਂ 'ਚ ਇੱਕ ਪਾਸੇ ਖੁਸ਼ੀ ਵੀ ਹੈ ਅਤੇ ਇੱਕ ਅਜੀਬ ਜਿਹੀ ਬੇਚੈਨੀ ਵੀ ਹੈ। ਸ਼ਾਇਦ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਕੰਮ ਨਹੀਂ ਹੋ ਪਾ ਰਹੇ, ਬਿਊਰੋਕਰੇਸੀ ਉਹਨਾਂ ਦੀ ਸੁਣ ਨਹੀਂ ਰਹੀ। ਐਵੇਂ ਦੇ ਵਿੱਚ ਵਰਕਰਾਂ 'ਚ ਜੋਸ਼ ਭਰਨ ਲਈ, ਉਹਨਾਂ ਨੂੰ ਨਾਲ ਜੋੜ ਕੇ ਰੱਖਣ ਲਈ ਤੁਸੀਂ ਕਿਸ ਤਰ੍ਹਾਂ? ਇੱਕ 10 ਸਾਲ ਤੋਂ ਜਿਹੜੀ ਰਾਜਨੀਤੀਕਰਨ ਕੀਤਾ ਗਿਆ ਹਰੇਕ ਇਦਾਰੇ ਦਾ, ਸਰਕਾਰ ਦਾ ਐਡਮਿਨਿਸਟ੍ਰੇਸ਼ਨ, ਚਾਹੇ ਉਹ ਕਿਸੇ ਆਫਿਸ 'ਚ ਸਰਕਾਰੀ ਆਫਿਸ 'ਚ ਬੈਠਾ ਹੈ, ਚਾਹੇ ਪੁਲਿਸ ਦੇ ਕਰਮਚਾਰੀ ਹੈ, ਉਹ ਰਾਜਨੀਤੀਕਰਨ ਇੰਨਾ ਪਹੁੰਚ ਚੁੱਕਿਆ ਹੈ। ਉਹਨੂੰ ਦੇਖਦੇ ਅੱਜ ਆ ਤੁਹਾਡੀ ਗੱਲ ਆ ਵੀ ਦਰਪੇਸ਼ ਆ ਰਹੀਆਂ ਪ੍ਰੋਬਲਮਸ, ਬਟ ਇੱਕ ਇੱਕ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਰਿਜ਼ੋਲਵ ਕਰਾਂਗੇ। ਜਿੱਥੇ ਤਾਈਂ ਕਾਂਗਰਸ ਵਰਕਰ ਨੂੰ ਇਸ ਗੱਲ ਦਾ ਕਿਤੇ ਕੋਈ ਉਹਨਾਂ ਨੂੰ ਸ਼ੰਕਾ ਹੈ ਨਹੀਂ ਵੀ ਜਿਹੜਾ ਆਹ ਸਰਕਾਰ ਹੈ ਆਹ ਪੰਜਾਬ ਦੇ ਲੋਕਾਂ ਵਾਸਤੇ ਸਰਕਾਰ ਬਣੀ ਹੈ, ਨਾ ਕਿ ਕਿਸੇ ਇੱਕ ਪਰਟੀਕੁਲਰ ਪਾਰਟੀ ਦੀ ਸਰਕਾਰ ਹੈ, ਪੰਜਾਬ ਦੇ ਲੋਕਾਂ ਦੀ ਸਰਕਾਰ ਹੈ। ਉਹਦੇ ਵਿੱਚ ਜੋ ਉਹਨਾਂ ਦੇ ਜੈਨੂਇਨ ਕੰਮ ਕਰਨ ਵਾਲਾ ਜੋ ਵੀ ਆਫਿਸਰ ਹੈ, ਜੋ ਵੀ ਇਦਾਰਾ ਹੈ, ਅਗਰ ਲੋਕਾਂ ਦੇ ਪ੍ਰੋਬਲਮਸ ਨੂੰ ਹੱਲ ਕਰਦਾ ਅਸੀਂ ਉਹਦੇ ਨਾਲ ਖੜੇ। ਪਰ ਜੇ ਕੋਈ ਲੋਕਾਂ ਨੂੰ ਸਰਵਿਸਿਜ਼ ਜੋ ਮਿਲਣੀਆਂ ਚਾਹੀਦੀਆਂ, ਜੋ ਸੇਵਾਵਾਂ ਮਿਲਣਾ ਚਾਹੀਦੀਆਂ ਉਹ ਨਹੀਂ ਮਿਲ ਰਹੀਆਂ, ਉਹਦੇ ਵਾਸਤੇ ਪਾਰਟੀ ਦਾ ਵਰਕਰ ਹੈ, ਉਹ ਗੱਲਾਂ ਅਸੀਂ ਸਰਕਾਰ ਤੋਂ ਪੁੱਛਾ ਕੇ ਉਹਨਾਂ ਦਾ ਹੱਲ ਕਰਾਂ। ਪੰਜਾਬ ਦੀ ਸਿਆਸਤ 'ਚ ਇੱਕ ਬਹੁਤ ਵੱਡਾ ਮੁੱਦਾ ਹੋ ਵੀ ਰਿਹਾ SYL ਪੰਜਾਬ ਦੇ ਪਾਣੀਆਂ ਦਾ, ਚੋਣਾਂ ਦੇ ਦੌਰਾਨ ਵੀ ਇਸ ਨੂੰ ਕਾਫੀ ਮੁੱਦਾ ਇੱਕ ਰੱਖ ਕੇ ਰਾਜਨੀਤਿਕ ਪਾਰਟੀਆਂ ਵੱਲੋਂ ਮੂਹਰੇ ਕੀਤਾ ਗਿਆ ਪਾਰਟੀ ਲੈਵਲ 'ਤੇ, ਤੁਸੀਂ ਕਿਸ ਤਰ੍ਹਾਂ ਇਸ ਮੁੱਦੇ ਨੂੰ ਹੱਲ ਕਰਨ ਲਈ ਜਾਂ ਸਰਕਾਰ ਨਾਲ ਕੋਆਰਡੀਨੇਸ਼ਨ ਕਰਕੇ ਕਿਸ ਤਰ੍ਹਾਂ? ਦੇਖੋ, ਬਤੌਰ ਲੀਡਰ ਆਫ ਅਪੋਜੀਸ਼ਨ ਵੀ ਮੈਂ ਉਦੋਂ ਵੀ ਮੇਰਾ ਇੱਕੋ ਹੀ ਪ੍ਰਯਾਸ ਰਿਹਾ ਸੀਗਾ ਵੀ ਬਾਦਲ ਸਾਹਿਬ ਨੂੰ ਮੈਂ ਵਾਰ ਵਾਰ ਬੇਨਤੀ ਕੀਤੀ, ਬਾਦਲ ਸਾਹਿਬ ਤੁਸੀਂ ਮੁੱਖ ਮੰਤਰੀ ਉਦੋਂ ਸੀਗੇ ਪੰਜਾਬ ਦੇ, ਅਤੇ ਆਪਾਂ ਸਾਰੀ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਪ੍ਰਧਾਨ ਮੰਤਰੀ ਕੋਲ ਚੱਲੀਏ, ਆਹ ਮਸਲਾ ਇਕੱਲੇ ਪੰਜਾਬ ਦਾ ਨਹੀਂ, ਆਹ ਹਿੰਦੁਸਤਾਨ ਦਾ ਮਸਲਾ ਹੈ। ਪਰ ਨਹੀਂ, ਉਹ ਵਾਰ ਵਾਰ ਕਹਿੰਦੇ ਰਹੇ ਜਾਖੜ ਸਾਹਿਬ ਪ੍ਰਧਾਨ ਮੰਤਰੀ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਸਭ ਤੋਂ ਪਹਿਲਾਂ ਜਿਹੜਾ ਕਦਮ ਜਿਹੜਾ ਕੀਤਾ, ਇੱਕ ਤਾਂ ਇਸ ਫੂਡ ਸਕੈਮ ਨੂੰ ਲੈ ਕੇ, ਇੱਕ SYL ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਕੋਲ ਗਏ ਆ, ਅਤੇ ਉਹਨਾਂ ਨੇ, ਮੈਂ ਜੋ ਚਾਹੇ BJP NDA ਦੇ ਪ੍ਰਧਾਨ ਮੰਤਰੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਮੈਂ ਉਹਨਾਂ ਦੇ ਇਸ ਪੋਜ਼ਿਟਿਵ ਸੋਚ ਦੀ ਸਰਾਹਨਾ ਵੀ ਕਰਦਾ ਵੀ ਉਹਨਾਂ ਨੇ ਕਿਹਾ ਬਿਲਕੁਲ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਐਡਾ ਕੋਈ ਮਸਲਾ ਹੈ ਨਹੀਂ, ਇਹਨੂੰ ਤਾਂ ਸਿਰਫ ਰਾਜਨੀਤੀਕਰਨ ਕਰਕੇ ਉਹਨਾਂ ਨੇ ਆਪਣਾ ਬੇਸ ਮਜ਼ਬੂਤ ਕਰਨ ਵਾਸਤੇ ਹਰਿਆਣੇ ਦੇ ਵਿੱਚ, ਇੱਥੇ ਪੰਜਾਬ ਦੇ ਵਿੱਚ ਇਲੈਕਸ਼ਨਾਂ 'ਚ ਅਕਾਲੀ ਪਾਰਟੀ ਨੇ ਆਪਣਾ ਹੋਰ ਕੋਈ ਉਹਨਾਂ ਕੋਲ ਏਜੰਡਾ ਹੈ ਨਹੀਂ ਸੀਗਾ, ਲੋਕਾਂ ਦੀ ਭਾਵਨਾਵਾਂ ਨੂੰ ਇਨਸਾਈਟ ਕਰਕੇ ਆ ਕਰਨਾ ਚਾਹੁੰਦੇ ਸੀਗੇ। ਬਟ ਮੈਂ ਬਹੁਤ ਇਸ ਮਸਲੇ 'ਚ ਪੋਜ਼ਿਟਿਵ ਹਾਂ ਵੀ ਅਗਰ NDA ਸਰਕਾਰ ਚਾਹੂਗੀ ਵੀ ਹਿੰਦੁਸਤਾਨ ਔਰ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਬਣੀ ਰਹੇ ਤਾਂ ਇਸ ਮਸਲੇ ਦਾ ਹੱਲ ਇਮੀਡੀਏਟਲੀ ਹੋ ਸਕਦਾ ਹੈ, ਐਂਡ ਆਈ ਐਮ ਪੋਜ਼ਿਟਿਵ ਅਬਾਊਟ ਵੀ ਹੋਊਗਾ ਵੀ ਇਸ ਮਸਲੇ ਦਾ।
ਵਿਰੋਧੀ ਧਿਰ ਦੇ ਵਿੱਚ ਬੈਠੀ ਆਮ ਆਦਮੀ ਪਾਰਟੀ ਇਹਨੇ ਦਿਨੀ ਇੱਕ ਆਪਣੀ ਅੰਦਰੂਨੀ ਪਲੇਸ ਦਾ ਸਾਹਮਣਾ ਕਰ ਰਹੀ ਹੈ, ਗੁੱਟਬਾਜ਼ੀ ਦਾ ਸਾਹਮਣਾ ਕਰ ਰਹੀ ਹੈ। ਇਹ ਵੀ ਸੁਣਨ 'ਚ ਆਇਆ ਕਿ ਕਈ ਵਿਧਾਇਕ ਕੋਈ ਕਹਿ ਰਿਹਾ ਬੀਜੇਪੀ ਦੇ ਸੰਪਰਕ 'ਚ, ਕੋਈ ਕਹਿ ਰਿਹਾ ਕਾਂਗਰਸ ਦੇ, ਕੀ ਕਾਂਗਰਸ ਪਾਰਟੀ ਦੇ ਸੰਪਰਕ 'ਚ ਵਿਧਾਇਕ ਕੋਈ ਹੈ? ਆਈ ਨੋਟ ਦੈਟ ਆਈ ਐਮ ਅਵੇਅਰ ਆਫ, ਮੈਨੂੰ ਇਸ ਗੱਲ ਦਾ ਮੇਰੇ ਨਾਲ ਕਿਸੇ ਦਾ ਕੋਈ ਸੰਪਰਕ ਨਹੀਂ, ਪਰ ਜਿਹੜੀ ਉਹਨਾਂ ਦੇ ਆਪਸ 'ਚ ਕਲੇਸ਼ ਪਈ ਹੈ, ਜੋ ਵੀ ਉਹਦਾ ਮੇਨ ਕਾਰਨ ਹੈ ਵੀ ਜਿਹਨਾਂ ਆਦਰਸ਼ਾਂ ਮੁੱਲਿਆਂ ਨੂੰ ਲੋਕਾਂ ਨੂੰ ਵੇਚ ਕੇ ਉਹ ਵੀ ਉਹ ਜਿਹਨੂੰ ਕਹਿ ਰਹੇ ਸੀ ਵੀ ਮਾਰਕੀਟ ਕਰਦੇ ਸੀ ਵੀ ਮੀਨ ਆਲਟਰਨੇਟ ਪੋਲੀਟਿਕਸ, ਨਵੇਂ ਕਿਸਮ ਦੀ ਰਾਜਨੀਤੀ ਲੈ ਕੇ ਆਵਾਂਗੇ, ਉਹ ਜਿਹੜਾ ਸੀਗਾ ਉਹ ਸਾਰਾ ਢਕੌਂਸਲਾ ਸਾਬਿਤ ਹੋਇਆ। ਇੱਕ ਮਖੌਟੇ ਦੇ ਤੌਰ 'ਤੇ ਉਹਨਾਂ ਨੇ ਇਸਤੇਮਾਲ ਕੀਤਾ ਉਸ ਗੱਲ ਨੂੰ, ਅੱਜ ਉਹਦੀ ਨਤੀਜਾ ਉਹਨਾਂ ਦੇ ਸਾਹਮਣੇ ਆ ਰਿਹਾ, ਚਾਹੇ ਦਿੱਲੀ ਹੈ ਚਾਹੇ ਉਹ ਪੰਜਾਬ ਹੈ, ਸਾਰਿਆਂ ਦੇ ਸਾਹਮਣੇ ਦੇਖਣ ਨੂੰ। ਧੰਨਵਾਦ ਤੁਹਾਡਾ ਜਾਖੜ ਸਾਹਿਬ, ਅਜੀਤ ਵੈਬ ਟੀਵੀ ਨਾਲ ਗੱਲਬਾਤ ਕਰਨ ਲਈ ਸ਼ੁਕਰੀਆ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।